ਸੋ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ ਜਦੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੱਜ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਅੱਜ ਦੋ ਧੜਿਆਂ ਵਿੱਚ ਜਿਹੜੀ ਪੰਜਾਬ ਕਾਂਗਰਸ ਵੱਟ ਚੁੱਕੀ ਹੈ, ਇੱਕ ਪਾਸੇ ਸਿੱਧੂ ਧੜਾ ਹੋ ਗਿਆ, ਇੱਕ ਪਾਸੇ ਜਿਹੜਾ ਹੈ ਸਾਡੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੋ ਗਿਆ। ਉਹ ਦੋਨੇ ਧੜੇ ਆਪਣੀ ਜ਼ੋਰ ਅਜਮਾਈ ਕਰ ਰਹੇ ਨੇ, ਸੋ ਉਹਦੇ ਵਿੱਚ ਕਾਂਗਰਸ ਤਾਂ ਬਹੁਤ ਕਮਜ਼ੋਰ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਸੀ ਔਰ ਗੁਟਕੇ ਦੀ ਸਹੁੰ ਖਾ ਕੇ, ਉਹਨਾਂ ਨੇ ਗੁਰਬਾਣੀ ਦੀ ਸਹੁੰ ਖਾ ਕੇ ਜਿਹੜੇ ਵਾਅਦੇ ਕੀਤੇ ਸੀ, ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। 4.5 ਸਾਲ ਸਰਕਾਰ ਨੂੰ ਹੋ ਗਏ। ਦੇਖੋ, ਮਜ਼ਬੀ ਜਿਹੜਾ ਹੈ ਇਹ ਇੱਕ ਸਿਆਸੀ ਮੁੱਦਾ ਬਣ ਗਿਆ। 4.5 ਸਾਲ ਤੋਂ ਸਿਆਸਤ ਹੋ ਰਹੀ ਹੈ। ਅਸੀਂ ਕਹਿੰਦੇ ਵੀ ਜਿਹਨੇ ਵੀ ਬੇਅਦਬੀ ਕੀਤੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਲੇਕਿਨ ਇਸ ਦੇ ਬਜਾਏ ਉਹ ਤਾਂ ਸਾਰੀ ਸਿਆਸਤ ਹੋ ਰਹੀ ਹੈ, ਵੋਟਾਂ ਦੀ ਸਿਆਸਤ ਹੋ ਰਹੀ ਹੈ। ਜਿਹੜਾ 328 ਸਰੂਪਾਂ ਦੀ ਗੱਲ ਹੈ, ਇਹ ਜਦੋਂ ਮੈਂ ਪ੍ਰਧਾਨ ਮੰਤਰੀ ਤੋਂ ਪਹਿਲਾਂ ਦੀ ਗੱਲ ਹੈ ਕਿ ਨਹੀਂ, ਉਹਨਾਂ ਨੂੰ ਬਹੁਤ ਸਖਤ ਤੋਂ ਸਖਤ ਜਿਹੜੀ ਹੈ ਉਹ ਸਜ਼ਾ ਦਿੱਤੀ ਗਈ ਹੈਗੀ, ਔਰ ਕਈ ਨੂੰ ਟਰਮੀਨੇਟ ਕੀਤਾ ਗਿਆ, ਕਈ ਨੂੰ ਸਸਪੈਂਡ ਕੀਤਾ ਗਿਆ, ਉਹਨਾਂ ਨੂੰ ਸਾਰਿਆਂ ਦੀ ਜਿਹੜੀ ਹੈ ਸਜ਼ਾ ਦਿੱਤੀ ਗਈ ਹੈ। ਜੋ ਕਿਸਾਨਾਂ ਦਾ ਮਸਲਾ ਹੈ, ਤਕਰੀਬਨ 1 ਸਾਲ ਤੋਂ ਲਗਭਗ ਹੋ ਗਿਆ ਹੈ, ਔਰ ਜੋ ਪੰਜਾਬ ਦੇ ਨਹੀਂ ਸਗੋਂ ਸਾਰੇ ਦੇਸ਼ ਦੇ ਕਿਸਾਨ ਜਿਹੜੇ ਨੇ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ। 3 ਕਾਲੇ ਕਾਨੂੰਨ ਜਿਹੜਾ ਮੋਦੀ ਸਰਕਾਰ ਨੇ ਪਾਸ ਕੀਤੇ ਨੇ, ਉਹਨਾਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿੱਚ ਅਤੇ ਸਾਰੇ ਪੰਜਾਬ ਦੇ ਪਹਿਲਾਂ ਮੋਢੀ ਬਣ ਕੇ ਕਿਸਾਨ ਚੱਲੇ, ਉਹਨਾਂ ਦੇ ਨਾਲ ਅੱਜ ਹਰਿਆਣਾ, ਯੂਪੀ, ਹੋਰ ਵੀ ਪ੍ਰਦੇਸ਼ਾਂ ਦੇ ਜਿਹੜੇ ਸੀ ਕਿਸਾਨ ਰਲ ਗਏ ਨੇ। ਵੱਡੀ ਗਿਣਤੀ ਦੇ ਵਿੱਚ ਉਹ ਦਿੱਲੀ ਦੇ ਬਰੂਹਾਂ ਦੇ ਉੱਤੇ ਬੈਠੇ ਆਪਣਾ ਸੰਘਰਸ਼ ਕਰ ਰਹੇ ਨੇ। ਬਹੁਤ ਲੰਮਾ ਸੰਘਰਸ਼ ਹੋ ਗਿਆ ਔਰ ਇੱਥੋਂ ਹੀ ਤੱਕ ਕਿ ਕਿਸਾਨਾਂ ਨੇ ਜਿੱਥੇ ਸਿਆਲਾਂ ਦੀਆਂ ਆਪਣੀਆਂ ਰਾਤਾਂ ਵੀ ਇੱਥੇ ਕੱਟੀਆਂ, ਮੀਂਹ ਬਾਰਿਸ਼ ਹੋਇਆ ਤਾਂ ਵੀ ਇੱਥੇ ਰਹੇ, ਗਰਮੀਆਂ ਵਿੱਚ ਵੀ ਇੱਥੇ ਰਹੇ। ਇੱਥੋਂ ਤੱਕ ਕਿ ਬੜੇ ਦੁੱਖ ਦੀ ਗੱਲ ਹੈ, 550 ਕਿਸਾਨਾਂ ਤੋਂ ਵੱਧ ਜਿਹੜੇ ਨੇ ਉਹ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਉਹਦੇ 'ਤੇ ਜੂ ਨਹੀਂ ਸਰਕਦੀ ਔਰ ਕੋਈ ਵੀ ਕਿਸਾਨਾਂ ਦਾ ਮਸਲਾ ਜਿਹੜਾ ਹੈ ਉਹ ਹੱਲ ਨਹੀਂ ਕਰ ਲਈ, ਸਗੋਂ ਕਿਸਾਨਾਂ ਦੇ ਉੱਤੇ ਜਿੱਥੇ ਉਹ ਸੰਘਰਸ਼ ਕਰਦੇ ਨੇ ਜਾਂ ਕਿਸਾਨ ਕਿਸੇ ਲੀਡਰ ਦਾ ਘਰਾਓ ਕਰਦੇ ਨੇ ਉੱਥੇ ਉਹਨਾਂ ਦੇ ਉੱਤੇ ਲਾਠੀਆਂ ਵਾਹੀਆਂ ਜਾਂਦੀਆਂ ਨੇ, ਤਸ਼ੱਦਦ ਕੀਤਾ ਜਾਂਦਾ ਹੈ। ਹੁਣੇ ਹੁਣੇ ਜੋ ਕਰਨਾਲ ਦੇ ਵਿੱਚ ਬਹੁਤ ਵੱਡੀ ਮਾੜੀ ਘਟਨਾ ਵਾਪਰੀ ਹੈ, ਜਿੱਥੇ ਕਿਸਾਨਾਂ ਨੇ ਆਪਣਾ ਜਿਹੜਾ ਰੋਸ ਕਰ ਰਹੇ ਸਨ, ਉੱਥੇ ਘਰਾਓ ਕਰ ਰਹੇ ਸਨ, ਉਹਨਾਂ ਦੇ ਉੱਤੇ ਲਾਠੀਆਂ ਵਾਹੀਆਂ ਗਈਆਂ, ਇੱਕ ਕਿਸਾਨ ਸ਼ਹੀਦ ਵੀ ਹੋ ਗਿਆ, ਉੱਥੇ ਬਹੁਤ ਸਾਰੇ ਫੱਟੜ ਵੀ ਹੋਏ। ਤੁਸੀਂ ਆਪ ਮੀਡੀਆ ਵਿੱਚ ਦੇਖਿਆ, ਤੁਸੀਂ ਤਾਂ ਸਾਰਾ ਇਹ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੇ ਹੋਏ ਹੋ ਔਰ ਕਿਵੇਂ ਖੂਨ ਵਹਿ ਰਿਹਾ ਕਿਸਾਨਾਂ ਦੇ ਉੱਤੇ, ਸੋ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ। ਜਦੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੱਜ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਔਰ ਕਿਸਾਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਸੋ ਮੈਂ ਸਮਝਦਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ। ਕਿਸਾਨ ਜਿਹੜੇ ਨੇ ਅੱਜ ਜਿੱਥੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਕਿਸਾਨ ਜਿਹੜੇ ਨੇ ਉਹ ਅੰਨਦਾਤਾ ਉਹਨੂੰ ਕਿਹਾ ਜਾਂਦਾ, ਸਾਰੇ ਹਿੰਦੁਸਤਾਨ ਰੋਟੀ ਦਿੰਦੇ ਨੇ, ਸਾਰੇ ਹਿੰਦੁਸਤਾਨ ਦਾ ਪੇਟ ਪਾਲਦੇ ਨੇ, ਅੱਜ ਉਹ ਆਪਣੇ ਰੋਜ਼ੀ ਰੋਟੀ ਦੇ ਲਈ, ਆਪਣੀਆਂ ਜ਼ਮੀਨਾਂ ਦੇ ਲਈ, ਆਪਣੇ ਹੱਕਾਂ ਦੇ ਲਈ ਬੜੀ ਵੱਡੀ ਤਕੜੀ ਲੜਾਈ ਲੜ ਰਹੇ ਨੇ, ਸ਼ਹੀਦ ਵੀ ਹੋ ਰਹੇ ਨੇ ਔਰ ਡਾਂਗਾਂ ਵੀ ਪੈ ਰਹੀਆਂ ਨੇ ਉਹਨਾਂ ਦੇ ਉੱਤੇ, ਔਰ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਮਸਲਾ ਜਲਦ ਤੋਂ ਜਲਦੀ ਹੱਲ ਹੋਣਾ ਚਾਹੀਦਾ। ਜਿਹੜੀ ਭਾਰਤ ਦੀ ਸਰਕਾਰ ਹੈ, ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਨੂੰ ਖਾਸ ਤੌਰ 'ਤੇ ਧਿਆਨ ਦੇ ਕੇ ਇਸ ਵੱਲ ਤਵੱਕੋ ਦੇ ਕੇ ਇਹ 3 ਕਾਲੇ ਕਾਨੂੰਨ ਜਿਹੜੇ ਨੇ ਇਹ ਰੱਦ ਕਰਨੇ ਚਾਹੀਦੇ ਨੇ। ਦੁਸ਼ਯੰਤ ਚੌਟਾਲਾ ਵੀ ਹੈਗੇ ਹਰਿਆਣਾ ਕੇ, ਅਸੀਂ ਇਲਜ਼ਾਮ ਲਗਾਉਂਦੇ ਹਾਂ ਕਿ ਇਹ ਜੋ ਕਿਸਾਨ ਹੈ ਉਹ ਪੰਜਾਬ ਸੇ ਆਏ ਹੋਏ, ਉਹ ਪੰਜਾਬ ਦੇ ਏਜੰਟ ਹੈ ਔਰ ਕਿਸਾਨ ਨਹੀਂ ਹੈ, ਤੁਸੀਂ ਕੀ ਇਹ? ਮੈਂ ਸਮਝਦਾ ਜੋ ਇਹ ਲਾ ਰਹੇ ਨੇ ਦੋਸ਼ ਵੀ ਪੰਜਾਬ ਦੇ ਕਿਸਾਨ ਨੇ, ਪੰਜਾਬ ਤੋਂ ਨਹੀਂ ਆਏ। ਅੱਜ ਤੱਕ ਤੁਸੀਂ ਸਾਰੇ ਦੇਖ ਰਹੇ ਹੋ, ਸਾਰੇ ਮੀਡੀਆ ਨੂੰ ਪਤਾ, ਨੈਸ਼ਨਲ ਪੱਧਰ 'ਤੇ ਸਾਰੀ ਗੱਲ ਜਿਹੀ ਹੈ, ਇਕੱਲੇ ਪੰਜਾਬ ਦੇ ਕਿਸਾਨ ਨਹੀਂ, ਹਰਿਆਣਾ ਦੇ ਵਿੱਚ ਦੇਖੋ ਕਿੰਨੇ ਕਿਸਾਨ ਨੇ, ਰੋਜ਼ ਮੁਜ਼ਾਹਰੇ ਹੋ ਰਹੇ ਨੇ, ਰੋਜ਼ ਜਿਹੜੇ ਜਿਹੜੇ ਹਰਿਆਣੇ ਦੀ ਸਰਕਾਰ ਦੇ ਮੰਤਰੀ ਨੇ ਜਾਂ ਉਹਦਾ ਮੁੱਖ ਮੰਤਰੀ ਆ ਉਹਦਾ ਘਰਾਓ ਕਰ ਰਹੇ ਨੇ। ਕਿੱਡਾ ਵੱਡਾ ਸੰਘਰਸ਼ ਹੋ ਰਿਹਾ ਯੂਪੀ ਦੇ ਵਿੱਚ, ਦੇਖੋ ਕਿੱਡਾ ਵੱਡਾ ਸੰਘਰਸ਼ ਹੋਇਆ, ਟਕੈਤ ਸਾਹਿਬ ਜਿਹੜੇ ਅਗਵਾਈ ਕਰ ਰਹੇ ਨੇ ਉਹ ਯੂਪੀ ਦੇ ਵੀ ਨੇ, ਰਾਜਸਥਾਨ 'ਚ ਵੀ ਆ ਰਹੇ ਨੇ, ਮੱਧ ਪ੍ਰਦੇਸ਼ 'ਚ ਵੀ, ਸਾਰੇ ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿੱਚੋਂ ਕਿਸਾਨ ਆ ਰਹੇ ਨੇ, ਇਕੱਲਾ ਇਹ ਪੰਜਾਬ ਦਾ ਕਿਸਾਨ ਨਹੀਂ, ਸਗੋਂ ਸਾਰੇ ਹਿੰਦੁਸਤਾਨ ਦੇ ਵੱਖ ਵੱਖ ਰਾਜਾਂ ਦੇ ਕਿਸਾਨ ਜਿਹੜੇ ਨੇ ਉਹ ਲੜਾਈ ਲੜ ਰਹੇ ਨੇ। ਪੰਜਾਬ ਕੇ ਕਾਂਗਰਸ ਕੇ ਨੇਤਾ ਹੈ ਮਲਵਿੰਦਰ ਸਿੰਘ ਮੱਲੀ, ਲਾਲਿਸ਼ ਕੀ ਵਿਰੋਧ ਕੀ ਬਾਤ ਕਰਤੇ, ਆਪ ਕੈਸੇ ਦੇਖਤੇ ਹੈ ਕਿਉਂਕਿ ਚੁਣਾਵ ਨਜ਼ਦੀਕ ਹੈ ਪੰਜਾਬ ਮੇਂ? ਦੇਖੋ, ਜੋ ਪੰਜਾਬ ਦੇ ਕਾਂਗਰਸ ਦਾ ਜਿਹੜੀ ਪਾਰਟੀ ਹੈ ਉਹਦੇ ਨਵਜੋਤ ਸਿੰਘ ਸਿੱਧੂ ਜੀ ਪ੍ਰਧਾਨ ਬਣੇ ਨੇ
और पहले ही सिद्धू साहब बड़े विवादों में ने, फिर उन्हें अपना सलाहकार जी की माली की गल कर बलविंदर सिंह माली है जरा वो अपना उन्हें सलाहकार लाया, उन्हें बड़े विवाद जोड़े से उन्होंने बयान दिए कश्मीर के बारे गल की है। कश्मीर जोड़ा है पंजाब का एक हिस्सा है, पंजाब का टुट जोड़ा है हिस्सा होया, सो उन्होंने बखा नहीं किया जा सकता। लेकिन इस तरह विवाद जोड़े बयान दे रहे ने देश के विरोधी ने और देश में बखरे करने वाले बयान जोड़े ने वो दते जा रहे हैं। चुनाव में आपको इस बार किसकी सरकार बनने वाली है? क्योंकि श्रोमणि अकाली दल की बात करें तो वो काफ़ी सक्रिय हो चुकी है, चुनाव से पहले कुछ महीने बचे हैं, क्या लगता है आपको कि इस बार किसकी सरकार बन रही है? दो पंजाब दे विच जिहड़ा हुण बहुत नज़दीक जो 1922 दी चोणां आ रही ने 2022 दे विच जिहड़ी चोण आ रही है उहदे लई सरगर्मियां सारी पार्टियां ने शुरू हो चुकियां ने। जिथे तो कांग्रेस का हैगा वो काटो कले चल रहा, तुसीं सोरे रोज़ ही देख रहे हो, कुछ इत्थे दिल्ली आ रहे ने उन्हां दे लीडर, कोई पंजाब दे विच है। अज दो धड़ियां विच जिहड़ी पंजाब कांग्रेस बट चुकी है, एक पास सिद्धू धड़ा हो गया, एक पासे जिहड़ा है साडे कैप्टन अमरिंदर सिंह दा धड़ा हो गया, वो दोनों धड़े अपनी जोर अजमाई कर रहे हैं। सो उहदे विच कांग्रेस तां बहुत कमज़ोर हो चुकी है। दूसरी गल इह है कि जो कैप्टन अमरिंदर सिंह ने वादे कीते सी और गुटके की सहुं खा के उन्होंने गुरबाणी की सहुं खा के जोड़े वादे किए थे, अज तक एक भी वादा पूरा नहीं किया। 4.5 साल सरकार नूं हो गए लेकिन ना किसी रुजगार मिले, ना किसानों के जोड़े और इन्हों के कर्जे ने वो माफ़ हुए, ना कोई भी एक भी वादा पूरा नहीं होया। सो इसलिए कांग्रेस नूं सरकार नूं चलदा करना चाहते ने। तीजा है पार्टी जी आम पार्टी है, आम पार्टी के कोई लीडर ही नहीं है, उन्होंने कोई एजेंडा ही नहीं है, ना उन्होंने कोई संगठन है पिंडा तक। तो इस करके मैं समझना कि अज जी श्रोमणी अकाली दल है जिसे प्रधान सरदार सुखबीर सिंह बादल ने और उन्होंने 100 दिन का 100 हल्कों का एक प्रोग्राम बनाया, वो बहुत ही कामयाबी दे नाल प्रोग्राम चल रहा है। बहुत बड़े कट्ठ जिथे सरदार सुखबीर सिंह बादल जाते हैं उन्होंने हल्कों में कट्ठ हो रहे हैं और मैं समझना कि एक हवा ऐसी बन रही है कि आने वाले 2122 दी जिहड़ा चोणां आ रही ने वो लोग चाहते हैं कि श्रोमणी अकाली दल पार्टी है जिहड़ी वादा करती है वो पूरा भी करती है। 13 नुकाती प्रोग्राम भी जिहड़ा सरदार सुखबीर सिंह बादल ने लोगों वास्ते दिता है, पहला ही प्रकाश सिंह बादल ने जो वादे किए सन और वो पूरे किए। इस करके पंजाब के लोग जिहड़े ने श्रोमणी अकाली दल ते यकीन करते हैं, वो यकीन करके असी सानू इस तरह लगता कि जो 2122 दे विच चोण आ रही है उहदे विच श्रोमणी अकाली दल की सरकार बनेगी। सर बेअदबी मुद्दा किस तरीके से रहने वाला है चुनाव के? देखो मदबी जिहड़ा है ये एक सियासी मुद्दा बन गया, पहला भी असीं हमेशा कहिंदे सी कि जिहड़ा बेअदबी का मुद्दा है बहुत, देखो बेअदबी हुई है हर सिख हर पंजाबी दे हिरदे बलूंदरे गए ने, इह बहुत ही घिनौ ये माड़ी गल हुई है। लेकिन ये तो सियासत की जा रही है, 4.5 साल तो सियासत हो रही है, असीं कहिंदे भी जिहने भी बेअदबी की है उन्हूं सज़ा मिलनी चाहिए है। लेकिन इस दे बजाय तो सारी सियासत हो रही है, वोटां दी सियासत हो रही है। सो ये सारे कुछ हुण लोग जिहड़े ने वो जान चुके ने, इन्हां दे गल्लां विच जिहड़े पंजाब दे लोग नहीं आउणगे। लंगोवाल साहब आप SGPC के प्रधान रहे हैं, आपके दो आपके कार्यकाल के दौरान भी 328 स्वरूप जो है वो मिसिंग पाए गए थे, उस पर अभी क्या चल रहा है, क्या उसकी जो जाँच है वो चल रही है? देखो जो 328 स्वरूपों की गल है ये जो मैं प्रधानमंत्री तो पहला की गल है, ये 2015 जी ये मसला होया सी, मैं समझना कि उदों का ये चल रहा है केस। लेकिन असी इनकुआरी भी कराई, जिहड़े भी दोषी पाए गए ने उन्होंने बहुत सख्त तो सख्त जी है वो सज़ा दी गई हैगी और कई टर्मिनेट किया गया, कई सस्पेंड किया गया, उन्होंने सारे जी सज़ा दी गई है। सो मैं समझना कि वो जिहड़ा अकाल तख्त साहब के उत्ते मामला चला गया, अकाल तख्त साहब ने भी सारी यदि जाँच करवाई सी और अपनी 3 मैंबरी कमेटी बना के उसकी जांच हुई सी, वो जांच दे विच जिहड़े दोषी पाए उन्होंने सारे सज़ा दी गई है। सर देखो जिहड़ा हैगा बयान भी आ चुका है सारा, जिहड़ा हैगा चीफ सैकटरी हैगा उन्हें सारा डिटेल्स बयान दे दिता भी जिहड़ा भी कोई अपने इतिहासक थां है उन्हें छेड़िया नहीं जाएगा, जिहड़ा भी गुरु साहिब दे नाल जां इतिहास दे नाल जुड़ी हुई है पुरातन जो हैगी साडियां इमारतां उन्हें बिल्कुल कायम रखा जाएगा, उन्हें बिल्कुल नहीं छेड़ असी किसी गल उधर छेड़ांगे नहीं। क्या उसको जिस तरीके से नवीकरण की बात चल रही थी अब उसको रोक दिया जाएगा या फिर किस तरीके से उसका नवीनीकरण किया जाएगा? नहीं बाकी जो पुरातन जिहड़ियां इमारतां साडियां उन्होंने छेड़िया जाएगा, बाकी साढ़े जो इमारतों के कम चल रहे हैं जिन्ना भी हुण देखो जोड़ा घर बन रहा किसी अकाल तख्त साहब ने
ਜਿਹੜਾ ਜੋੜਾ ਘਰ ਹੈਗਾ ਉਹਦਾ ਵੀ ਜਿਹੜੀ ਹੈ ਸਾਰੀ ਇਮਾਰਤ ਦੀ ਜਿਹੜਾ ਕੰਮ ਚੱਲ ਰਿਹਾ ਹੈਗਾ।